ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਸੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸੋ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਜਲੰਧਰ ਜ਼ਿਲ੍ਹੇ ਵਿੱਚ ਕਹਿਰ ਬ੍ਰਾਊਨ ਲੱਗਾ ਕਰੋਨਾ ਸਕੂਲੀ ਬੱਚਿਆਂ ਸਣੇ 120 ਲੋਕ ਮਿਲੇ ਪੋਜ਼ੀਟਿਵ ਜਲੰਧਰ ਜ਼ਿਲ੍ਹੇ ਵਿੱਚ ਲਗਭਗ 3 ਮਹੀਨਿਆਂ ਬਾਅਦ ਕਰੋਨਾ ਦਾ ਵੱਡਾ ਧਮਾਕਾ ਹੋਇਆ ਤੇ ਐਂਦਵਾਨੂ ਜ਼ਿਲ੍ਹੇ ਦੇ ਵਿੱਚ 120 ਲੋਕਾਂ ਦੇ ਇੱਕ ਰੋਗ ਨੂੰ ਰਿਪੋਰਟ ਪੋਜ਼ਿਟਿਵ ਪਾਏ ਗਏ ਤੇ ਅੱਜ ਪਾਏ ਗਏ ਕਰੋਨਾ ਕੇਸਾਂ ਵਿੱਚ ਸਕੂਲ ਦੇ ਵਿਦਿਆਰਥੀ, ਸਟਾਫ ਮੈਂਬਰ ਅਤੇ ਇੱਕ ਡਾਕਟਰ ਵੀ ਸ਼ਾਮਲ ਹੈ। ਇੱਥੇ ਚੱਲਦੇ ਹਾਂ ਜਲੰਧਰ ਵਿੱਚ ਕਰੋਨਾ ਦੇ ਕਾਰਨ ਦੋ ਲੋਕਾਂ ਦੀ ਮੌਤ ਦੀ ਪੋਜ਼ਿਟਿਵ ਵੀ ਹੋ ਚੁੱਕੀ ਹੈ ਤੇ ਮੌਤ ਦੇ ਮੂੰਹ ਵਿੱਚ ਗਏ ਕਰੋਨਾ ਦੇ ਮਰੀਜ਼ਾਂ ਵਿੱਚ 40 ਸਾਲਾ ਬੀਬੀ ਅਤੇ 37 ਸਾਲਾ ਪੁਰਸ਼ ਸ਼ਾਮਲ ਹੈ। ਅਗਲੀ ਖਬਰ ਆ ਰਹੀ ਜੇ ਸ਼ਰਾਬ ਦੇ ਭੁਲੇਖੇ ਜ਼ਹਿਰੀਲੀ ਚੀਜ਼ ਪੀਣ ਨਾਲ ਕਿਸਾਨ ਦੀ ਮੌਤ। ਬੋੜਲਾਡਾ ਇਥੋਂ ਦੇ ਨੇੜੇ ਪਿੰਡ ਦਲੇਲਵਾਲਾ ਦੇ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਕਿਸਾਨ ਬਲੋ ਸ਼ਰਾਬ ਦੇ ਭਲੇਖੇ ਕੋਈ ਜ਼ਹਿਰੀਲੀ ਚੀਜ਼ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਤੇ ਬੂਹਾ ਥਾਣੇ ਦੇ ਸਹਾਇਕ ਥਾਣੇਦਾਰ ਰਗੂ ਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਪੁੱਤਰ 45 ਸਾਲਾ ਹਰਨਜੀਤ ਸਿੰਘ ਵਾਸੀ ਦਲੇਲਪੁਰ ਵਜੂ ਹੋਈ ਅਤੇ ਮ੍ਰਿਤਕ ਆਪਣੀ ਪਤਨੀ ਦੇ ਨਾਲ ਤਲਾਕ ਹੋਣ ਤੋਂ ਬਾਅਦ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਤੇ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਗੁਰਸੇਵਕ ਸਿੰਘ ਦੇ ਬਿਆਨਾਂ ਦੇ ਧਾਰਾਂ 174 ਦੀ ਕਾਰਵਾਈ ਕਰਦੇ ਆ ਲਾਸ਼ ਪੋਸਟਮਾਰਟਮ ਉਪਰੰਤ ਬਾਰਸ ਨੂੰ ਸੌਂਪ ਦਿੱਤੀ ਹੈ। ਅਗਲੀ ਖਬਰ ਆ ਰਹੀ ਜੀ ਗਿੱਦੜਵਾਹਾ ਪੂਜਯ ਕਿਸਾਨ ਆਗੂ ਰੋਲਦੂ ਸਿੰਘ ਮਾਨਸਾ ਕਿਹਾ ਲੱਖਾ ਸਧਾਨਾ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੋਲਦੂ ਸਿੰਘ ਮਾਨਸਾ ਅੱਜ ਗਿੱਦੜਵਾਹਾ ਵਿਖੇ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਵਾਹਾ ਵਿਖੇ ਪਹੁੰਚੇ ਕਿਸਾਨ ਆਗੂ ਰੋਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਿਸਾਨ ਅੰਦੋਲਨ ਹਜੇ ਹੋਰ ਲੰਬਾ ਚੱਲੇਗਾ ਤੇ ਉਹਨਾਂ ਨੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਹੋਰ ਹੁਣ ਦੋ ਜ਼ਿੰਮੇਵਾਰੀਆਂ ਹਨ ਕਿ ਹਾੜੀ ਦੀ ਫਸਲ ਵੀ ਸੰਭਾਲਣੀ ਹੈ ਤੇ ਸੰਘਰਸ਼ ਵਿੱਚ ਵੀ ਯੋਗਦਾਨ ਪਾਉਣਾ ਤੇ ਕਿਸਾਨ ਇਸ ਲਈ ਤਿਆਰ ਹਨ ਤੇ ਰਕੇਸ਼ ਢਕੈਤ ਦੇ ਬਿਆਨਾਂ ਸਬੰਧੀ ਰੋਲਦੂ ਸਿੰਘ ਨੇ ਕਿਹਾ ਕਿ ਜੇਕਰ ਟਰੈਕਟਰਾਂ ਰਾਹੀਂ ਸੰਘਰਸ਼ਕ ਘੇਰਨਾਂ ਜਾਂ ਹੋਰ ਫੈਸਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਏ ਜਾਂਦੇ ਹਨ ਤਾਂ ਸਾਰੀਆਂ ਜਥੇਬੰਦੀਆਂ ਉਸਤੇ ਪੈਰਾ ਦੇਣੀਆਂ ਤੇ ਬੀਤੇ ਦਿਨੀ ਮਹਾਰਾਜ ਵਿੱਚ ਲੱਖਖਾੜਣ ਦੇ ਹੱਕ ਵਿੱਚ ਹੋਏ ਇਕੱਠ ਸਬੰਧੀ ਰਲਦੂ ਸਿੰਘ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਦੀ ਨਿੱਜੀ ਰਾਏ ਹੈ ਕਿ ਹੁਣ ਜੋ ਵੀ ਇਕੱਠ ਹੋ ਰਹੇ ਹਨ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹੀ ਹਨ ਤੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਹੋਰ ਕਿਸਾਨ ਆਗੂ ਇਸ ਰਾਏ ਦੇ ਨਾਲ ਸਹਿਮਤ ਹੋਵੇ ਜਾਂ ਨਾ ਪਰ ਉਹਨਾਂ ਦੀ ਰਾਏ ਇਹ ਹੈ ਕਿ ਲੱਖਖਾੜਣਾਂ ਦੇ ਨਾਲ ਨੌਜਵਾਨ ਜੁੜੇ ਹਨ ਤੇ ਉਸ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਵੇਂ 31 ਜੱਥੇਬੰਦੀਆਂ ਹਿੱਸਾ ਹਨ ਤੇ ਉਹ ਮੇਹੀ ਹਿੱਸਾ ਵੰਡਣਾ ਚਾਹੀਦਾ ਤੇ ਰਲਦੂ ਸਿੰਘ ਮਾਨਸਾ ਨੇ ਵਿਸਤਾਰ ਵਿੱਚ ਨਾਲ ਦੱਸਿਆ ਹੈ ਕਿ ਕੈਸ ਤਰ੍ਹਾਂ ਪਹਿਲੇ ਦਿਨ ਤੋਂ ਹੀ ਸਰਕਾਰ ਵੱਲੋਂ ਅੰਦੋਲਨ ਨੂੰ ਫੇਲ ਕਰਨ ਦੀਆਂ ਸ਼ਾਸ਼ਣ ਚੱਲ ਰਹੀਆਂ ਹਨ। ਅਗਲੀ ਖਬਰ ਆ ਰਹੀ ਜੇ ਸਕੂਟਰੀ ਸਵਾਰ ਮਾਂ ਧੀ ਦੇ ਲੁਟੇਰਿਆਂ ਨੇ ਕੀਤਾ ਦਾਤਰਾ ਨਾਲ ਹਮਲਾ ਜਨਾਨੀ ਦੀ ਮੌਤ। ਹਾਂਜੀ ਬਟਾਲਾ ਦੇ ਪਿੰਡ ਉਧਨਵਾਲ ਦੇ ਨੇੜੇ ਸਕੂਟਰੀ ਸਵਾਰ ਮਾਂ ਧੀ ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਦਾਤਰਾ ਦੇ ਨਾਲ ਹਮਲਾ ਕਰਕੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਇਸ ਦੌਰਾਨ ਜਨਾਨੀ ਦੀ ਮੌਕੇ ਤੇ ਮੌਤ ਹੋ ਗਈ ਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੇ ਪੁਲਿਸ ਚੌਂਕੀ ਉਦਨਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਬਾਜਬਣ ਨੇ ਦੱਸਿਆ ਹੈ ਕਿ ਉਕਤ ਮਾਮਲਾ ਮੇਰੇ ਧਿਆਨ ਵਿੱਚ ਆਇਆ ਤੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਤੇ ਮ੍ਰਿਤਕ ਦੀ ਕੁੜੀ ਜਤਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਸੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਜੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਤੇ ਕਰੋਨਾ ਦਾ ਸਾਯਾ ਕਾਂਗਰਸ ਦੇ ਦੋ ਹੋਰ ਵਿਧਾਇਕ ਆਏ ਪੋਜ਼ਿਟਿਵ ਪੰਜਾਬ ਵਿਧਾਨ ਸਭਾ ਦਾ ਸਭਾ ਦਾ ਸੈਸ਼ਨ 1 ਮਾਰਚ ਤੋਂ 14 ਮਾਹ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤੇ ਇਸ ਤੋਂ ਪਹਿਲਾਂ ਹੀ ਕਾਂਗਰਸ ਦੇ ਦੋ ਹੋਰ ਵਿਧਾਇਕ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ ਵਿਧਾਇਕ ਲਗਵੀਰ ਸਿੰਘ ਲੱਖਾ ਅਤੇ ਸੁਨੀਲ ਦਿੱਤੀ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਜਦਕਿ ਇਸ ਤੋਂ ਪਹਿਲਾਂ ਕੈਬਨਟ ਮੰਤਰੀ ਸੋਖ ਸਰਕਾਰੀ ਅਤੇ ਵਿਧਾਇਕ ਬਿੰਦੂ ਬਾਲਾ ਦੀ ਰਿਪੋਰਟ ਵੀ ਪੋਜ਼ਿਟਿਵ ਪਾਜੀ ਆ ਚੁੱਕੀ ਹੈ ਤੇ ਉਧਰ ਪਾਇਲ ਦੇ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਸੱਖਾ ਦਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਕਰੋਨਾ ਟੈਸਟ ਲਿਆ ਗਿਆ ਸੀ ਤੇ ਜਿਸਦੀ ਅੱਜ ਰਿਪੋਰਟ ਪੋਜ਼ਿਟਿਵ ਪਾਈ ਗਈ ਹੈ। ਸੋ ਦੋਸਤੋ ਅਗਲੀ ਖਬਰ ਆ ਰਹੀ ਜੇ ਵੱਡੀ ਵਾਰਦਾਤ ਤੇਜ਼ ਧਾਰ ਹਥਿਆਰਾਂ ਨਾਲ ਬਿਉਤਾ ਦਾ ਕਤਲ। ਫਗਵਾੜਾ ਦੇ ਨਈਦੀ ਕੀ ਪੈਂਡ ਖੂਥੜਾ ਕਲੋਨੀ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਖਾਲੀ ਪਲਾਟ ਵਿੱਚ ਇੱਕ ਔਰਤ ਦੀ ਸ਼ੱਕੀ ਹਾਲਤ ਵਿੱਚ ਕਤਲ ਕੀਤੀ Laash ਬਰਾਮਦ ਹੋਈ। ਮਰਤਕ ਦੀ ਪਛਾਣ ਉਰਮਿਲਾ ਦੇਵੀ ਵਾਸੀ ਓਂਕਾਰ ਨਗਰ ਵੱਜੂ ਹੋਈ ਅਤੇ ਮਰਤਕਾਂ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਗਿਆ ਤੇ ਜਿਸ ਤੋਂ ਬਾਅਦ ਉਹ ਦੀ ਸਨਾਖਤ ਨਹੀਂ ਹੋ ਸਕੀ ਹਜੇ ਤੱਕ ਅਤੇ ਮਰਤਕ ਉਰਮਿਲਾ ਦੇ ਪਤੀ ਨੇ ਦੱਸਿਆ ਕਿ ਉਹ ਸ਼ਾਮ 6 ਵਜੇ ਆਪਣੇ ਕੰਮ ਤੇ ਚਲਾ ਗਿਆ ਸੀ ਜਦੋਂ ਆਇਆ ਤਾਂ ਉਹਨਾਂ ਨੂੰ ਪਤਾ ਲੱਗਾ ਤੇ ਉਹਦੀ ਪਤਨੀ ਨੂੰ ਦੀਪਕ ਨਾਮ ਦਾ ਲੜਕਾ ਆਪਣੇ ਨਾਲ ਲੈ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਉਰਮਿਲਾ ਦੇ ਕਤਲ ਹੋ ਜਾਣ ਦਾ ਪਤਾ ਲੱਗਾ ਤੇ ਉਹ ਕਹ ਤਕ ਕਿਹਾ ਕਿਹਾ ਹੈ ਕਿ ਦੀਪਕ ਬੱਲੋ ਉਹਦੀ ਪਤਨੀ ਦਾ ਕਤਲ ਕੀਤਾ ਗਿਆ ਹੈ ਤੇ ਉਧਰ ਪੁਲਿਸ मौके ਤੇ ਪਹੁੰਚ ਕੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਔਰਤ ਦੇ ਕਤਲ ਹੋਣ ਦੀ ਸੂਚਨਾ ਮਿਲੀ ਸੀ ਜ ਜ ਉਹਨਾਂ ਨੇ ਕਿਹਾ ਕਿ ਜਨਾਨੀ ਦਾ ਕਤਲ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਦੱਸਣਾ ਬੰਦ ਹੈ ਕਿ ਪੁਲਿਸ ਅਗਲੇ ਮਾਮਲੇ ਦੀ ਹੁਣ ਤਫ਼ਤੀਸ਼ ਕਰ ਰਹੀ ਹੈ। ਸੋ ਅਗਲੀ ਵੱਡੀ ਖਬਰ ਆ ਰਹੀ ਜੀ ਲੋਕਤੰਤਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਮੋਦੀ ਸਰਕਾਰ ਸੰਦੋਆ। ਹਾਂਜੀ ਕੇਂਦਰੀ ਸੂਚਨਾ ਅਤੇ ਤਕਨੀਕੀ ਮੰਤਰੀ ਰਵਿੰਦ ਰਵੀ ਸ਼ੰਕਰ ਪ੍ਰਸ਼ਾਦ ਵੱਲੋਂ ਕੀਤੇ ਗਏ ਨਵੇਂ ਸੋਸ਼ਲ ਮੀਡੀਆ ਕਾਨੂੰਨ ਦੇ ਐਲਾਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸਦੂਆ ਨੇ ਕਿਹਾ ਹੈ ਕਿ ਇਸ ਕਾਨੂੰਨ ਰਾਹੀਂ ਮੋਦੀ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਦੇਖਦੇ ਕਿਸਾਨ ਮਜ਼ਦੂਰ ਅਤੇ ਆਮ ਲੋਕ ਹਨ ਮੋਦੀ ਸਰਕਾਰ ਇਸ ਦੇ ਵਿਰੋਧ ਵਿੱਚ ਕੁਝ ਵੀ ਨਹੀਂ ਕਰ ਰਹੀ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਨਾਰਾਜ਼ਗੀ ਪਟਾ ਪਰਗਟਾ ਰਹੇ ਲੋਕਾਂ ਤੇ ਜਿਹੜਾ ਕਿ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਤੇ ਕਿਸਾਨ ਅੰਦੋਲਨ ਨੂੰ ਸੋਸ਼ਲ ਮੀਡੀਆ ਤੇ ਦੇਸ਼ ਵਿਦੇਸ਼ ਵਿੱਚੋਂ ਕਾਫੀ ਸਮਰਥਨ ਮਿਲਦਾ ਤੇ ਹੁਣ ਕਾੜੇ ਹੱਥੀ ਲੈਦੇ ਹੋਏ ਲਗਾਤਾਰ ਝੂਠੇ ਮੁਕਾਦਮੇ ਦਰਜ ਕੀਤੇ ਜਾ ਰਹੇ ਹਨ ਤੇ ਉਹਨਾਂ ਨੇ ਇਸ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੋ ਦੋਸਤੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਜੀ ਮਾਮਲਾ ਅਗਲੇ ਮੁੱਖ ਮੰਤਰੀ ਦਾ ਪੰਜਾਬ ਕਾਂਗਰਸ ਵਿੱਚ ਵੀ ਖੜਕਾ ਦੜਕਾ ਸ਼ੁਰੂ ਪੰਜਾਬ ਰਾ ਵਿੱਚ ਰਾਜਕਰਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਹਨ ਤੇ ਹੁਣ ਕੱਕ ਕਾਂਗਰਸ ਪਾਰਟੀ ਵਿੱਚ ਛੋਟੀਆਂ-ਮੋਟੀਆਂ ਘਟਨਾਵਾਂ ਤੇ ਨੋਕ-ਚੁਕ ਤਾਂ ਹੁੰਦੀ ਹੀ ਰਹੀ ਹੈ ਪਰ ਸਾਲ 2022 ਦੀਆਂ ਚੋਣਾਂ ਤੋਂ ਬਾਅਦ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣਨ ਦੀ ਉੱਠੀ ਮੁੱਖ ਮੰਤਰੀ ਬਣਨ ਦੀ ਖਬਰ ਦੇ ਨਾਲ ਕਾਂਗਰਸ ਵਿੱਚ ਵੀ ਖੜਕਾ-ਦੜਕਾ ਸ਼ੁਰੂ ਹੋ ਗਿਆ ਤੇ ਕੀ ਗੱਲ ਹੈ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਕਾਂਗਰਸ ਇੰਚਾਰਜ ਰਾਬਤ ਨੇ ਦੱਸਿਆ ਹੈ ਕਿ ਬਿਆਨਾਂ ਵਿੱਚ ਕਿਹਾ ਹੈ ਕਿ ਸਾਲ 2022 ਦੀਆਂ ਚੋਣਾਂ ਕੈਪਟਨ ਮੁਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਤੇ ਕਾਂਗਰਸ ਦੇ ਉਹ ਕਪਤਾਨ ਹੋਣਗੇ ਤੇ ਇਹ ਖਬਰ ਕੈਪਟਨ ਅਵਰੋਧੀ ਖੇਮੇ ਦੇ ਆਸਮਾਨੀ ਬਿਜਲੀ ਬਣ ਕੇ ਇੰਜ ਡਿੱਗਿਆ ਕਿ ਸਾਬਕਾ ਕਾਂਗਰਸ ਪ੍ਰਧਾਨ ਸ਼ਮਸ਼ੀਰ ਸਿੰਘ ਦੂਲੋ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਬਾਯਬਾ ਦੇ ਦੱਬੀ ਜ਼ੁਬਾਨ ਨਾਲ ਇਸ ਸਬੰਧੀ ਆਪਣਾ ਪੱਖ ਰੱਖ ਕੇ ਜਾਖੜ ਨੂੰ ਘੇਰਨ ਵਾਰਗੀ ਕਾਰਵਾਈ ਕਰ ਦਿੱਤੀ ਹੈ ਜਿਸ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਜਗਖੜ ਨੇ ਵੱਡਾ ਥੜਕਾ ਦੜਕਾ ਹੋਣ ਵਾਲੀ ਕਾਰਵਾਈ ਸਮਝ ਕੇ ਦੇਨ ਚੜ੍ਹਦਾ ਹੈ ਆਪਣਾ ਸਪਸ਼ਟੀਕਰਨ ਦਿੱਤਾ ਹੈ ਸੋ ਅਗਲੀ ਵੱਡੀ ਖਬਰ ਹੈ ਜੀ ਆਕਾਲੀ ਦਲ ਵੱਲੋਂ 1 ਮਾਰਚ ਦਾ ਵਿਧਾਨ ਸਭਾ ਘੇਰਾਓ ਕਾਂਗਰਸ ਸਰਕਾਰ ਦੀਆਂ ਜੜਾਂ ਹਿਲਾ ਦੇਵੇਗਾ ਜਥੇਦਾਰ ਤੂਤਾ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀ 1 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਜੋ ਕਿ ਕਿਰਾਉ ਕੀਤਾ ਜਾ ਰਿਹਾ ਉਸ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੂਤਾ ਸਿੰਘ ਵੱਲੋਂ ਅਜੇ ਧਰਮਕੋਟ ਦੇ ਹਲਕੇ ਵਿੱਚ ਵੱਖ-ਵੱਖ ਸਰਕਲਾਂ ਦੀਆਂ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ 1 ਮਾਰਚ ਨੂੰ ਇਸ ਕਿਰਾਉ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਤੇ ਸਥਾਨਕ ਸ਼ਹਿਰਾਂ ਦੇ ਗੁਰਦੁਆਰਾ ਵਿੱਚ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੂਤਾ ਸਿੰਘ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਲਾਏ ਫੋਕੇ ਵਾਅਦਿਆਂ ਤੋਂ ਸਬਾਏ ਹੋਰ ਕੁਝ ਨਹੀਂ ਕੀਤਾ ਤੇ ਝੂਠੇ ਦਾਅਵੇ ਕਰਕੇ ਸੱਤਾ ਤੇ ਕਾਬਜ ਹੋਈ ਕੈਪਟਨ ਸਰਕਾਰ ਨੂੰ ਅੱਜ ਵਾਦੇ ਯਾਦ ਕਰਾਉਣ ਲਈ 1 ਮਾਰਚ ਨੂੰ ਸ਼੍ਰੋਮਣੀ ਕਾਰੀ ਦਲ ਵੱਲੋਂ ਵਿਧਾਨ ਸਭਾ ਦਾ ਕਿਰਾਓ ਕੀਤਾ ਜਾ ਰਿਹਾ ਹੈ ਸੋ ਦੋਸਤੋ ਇਹ ਸਨ ਹੁਣ ਤੱਕ ਦੀਆਂ ਪੰਜਾਬ ਭਾਰਤ ਦੀਆਂ ਤਾਇਤਰੀਨ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨ